ਜੱਟ ਸਾਹਿਬ ਕੀ ਹਾਲ ਨੇ? ਕੀ ਹਾਲ ਚਾਲ ਨੇ? ਬਾਦਸ਼ਾਹ ਠੀਕ ਠਾਕ ਹੋ? ਠੀਕ ਠਾਕ ਹੋ, ਰਾਜ਼ੀ ਹੋ, ਬਾਜ਼ੀ ਹੋ? ਆ ਦੱਸੋ ਪਹਿਲਾਂ ਵੀ ਆ ਮੈਂ ਦੋਸਤਾਂ ਨੂੰ ਦੱਸ ਕੇ ਆਇਆ ਕਿ ਜੱਟ ਸਾਹਿਬ ਇੱਕ ਦੇਸੀ ਜਗਾੜ ਨਾਲ ਕੰਮ ਕਰ ਰਹੇ ਸੀ, ਹੱਥ ਦੇ ਨਾਲ ਲਾਉਂਦੇ ਸੀਗੇ। ਅੱਛਾ, ਦੋ ਦਿਨ ਹੋ ਗਏ ਆ ਮੈਂ ਨਾਲ ਤਬਾਹੀ ਹੋ ਗਈ ਹੱਥ ਨਾਲ ਲਾ ਲਾ ਕੇ। ਅੱਛਾ, ਆ ਤੇ ਭੁੱਲੇ ਹੀ ਰਹੇ ਬੰਦਿਆ ਖੁਦਾ ਦੇ। ਐ ਇੱਕ ਮਿੰਟ ਜ਼ਰਾ ਦਿਖਾਓ ਨਾ ਇਹ ਕੰਮ ਕਿਵੇਂ ਹੁੰਦਾ ਆ। ਇਧਰ ਕੋਲ ਇਹ ਇੱਥੇ 20 ਪੈਣਾ, ਇਹਦੇ ਵਿੱਚ 20 ਪੈਣਾ ਵਾ। ਅੱਛਾ, ਕਿੰਨਾ 20? ਉਹ 20 ਮੈਂ ਨਾ ਆਵੇ ਕੋਈ ਜ਼ੋਰ ਨਹੀਂ ਆ, ਮਤਲਬ ਇਹ ਬਿਲਕੁਲ ਸੌਖਾ ਹੀ ਆ ਕੰਮ। ਸੌਖਾ ਹੀ, ਮਿੱਟੀ ਵੀ ਆ ਵੀ ਪਾਉਣ ਦੀ ਚੋਬਿਆਂ ਦੇ ਉੱਤੇ ਆ ਨਾ। ਅੱਛਾ, ਹਾਂਜੀ ਬਾਈ ਜੀ, ਕਿੱਦਾਂ ਕੀ ਹਾਲ ਚਾਲ ਆ? ਵਧੀਆ ਸਾਰੇ ਵੀਰ ਭਰਾ ਠੀਕ ਠਾਕ ਹੋ? ਲਓ ਅੱਜ ਤੁਹਾਨੂੰ ਦਿਖਾਉਂਦੇ ਹਾਂ ਇੱਕ ਦੇਸੀ ਜਗਾੜ ਮਸ਼ੀਨ ਮੈਨੂਅਲ, ਕਿ ਜਦੋਂ ਨਰਮਾ ਨਾ ਆਉਗੇ ਅਤੇ ਉਹ ਜਿਹੜੇ ਚੋਬੇ ਲੱਗਦੇ ਹੁੰਦੇ ਆ ਉਹ ਕਿਵੇਂ ਲੱਗਦੇ ਆ। ਅੱਗੇ ਹੱਥ ਨਾਲ ਲੱਗਦੇ ਸੀਗੇ, ਹੁਣ ਇੱਕ ਮੈਨੂਅਲ ਮਸ਼ੀਨ ਆ, ਉਹ ਵੀ ਲੱਗਦੇ ਹੱਥ ਨਾਲ ਹੀ ਆ, ਲੇਕਿਨ ਇੱਕ ਮਸ਼ੀਨ ਦੇ ਵਿੱਚ ਮੈਨੂਅਲ ਆ, ਉਹਦੇ ਵਿੱਚ ਲੱਗਦੇ ਆ ਪਾ ਕੇ। ਅਤੇ ਆਪਣੇ ਇੱਧਰ ਵਾਲੀ ਰੰਧਾਵਾ ਜੱਟ ਸਾਹਿਬ ਲਾ ਰਹੇ ਆ, ਤੁਹਾਨੂੰ ਜਾ ਕੇ ਉਹ ਦਿਖਾਉਂਦੇ ਹਾਂ। ਪਹੁੰਚੇ ਹਾਂ ਜਡੇਰੇ ਆਪਾਂ ਉਹਦੇ, ਉਹ ਤੁਹਾਨੂੰ ਨਜ਼ਰ ਸ਼ਾਇਦ ਇੱਥੋਂ ਆ ਰਿਹਾ ਹੋਵੇ, ਮੈਂ ਜ਼ੂਮ ਕਰਕੇ ਤੁਹਾਨੂੰ ਦਿਖਾਉਂਦਾ। ਉਹ ਜੱਟ ਸਾਹਿਬ ਲਾ ਰਿਹਾ, ਜਾ ਕੇ ਤੁਹਾਨੂੰ ਕੋਲ ਜਾ ਕੇ ਮੈਂ ਨਾ ਦੋਸਤਾਂ ਨੂੰ ਉਹਦਾ ਵਿਜ਼ਿਟ ਕਰਵਾਉਣਾ ਸਾਰਿਆਂ ਨੂੰ, ਅਤੇ ਆ ਚੈੱਕ ਕਰੋ ਕੈਸਾ ਜਗਾੜ ਆ, ਕੈਸੀ ਮਸ਼ੀਨ ਆ। ਇੱਧਰ ਨਰਮਾ ਇਹਦਾ ਉੱਗਿਆ ਵਾ, ਉਹ ਜਿਹੜਾ ਅੱਗੇ ਵਾਲਾ ਵਾ ਨਾ ਉਹ ਨਹੀਂ ਉੱਗਿਆ, ਉਹਦੇ ਵਾਸਤੇ ਜਿਹੜਾ ਨਾ ਜਗਾੜ ਕਰ ਰਿਹਾ। ਇਹ ਦੇਖੋ ਇੱਥੇ ਤਾਂ ਆ ਖੇੜਾਂ 'ਤੇ ਜਿਹੜਾ ਨਾ ਉੱਗਿਆ ਹੋਇਆ ਨਰਮਾ, ਆਹ ਚੈੱਕ ਕਰੋ। ਲਓ ਜੀ ਆਪਾਂ ਪਹੁੰਚ ਗਏ ਜਿੱਥੇ ਜੱਟ ਸਾਹਿਬ ਲਾ ਰਹੇ ਆ ਕੰਮ ਕਰ ਰਹੇ ਆ। ਦੇਸੀ ਜਗਾੜ ਨਾਲ ਕੰਮ ਕਰ ਰਹੇ ਨੇ, ਦੇਸੀ ਜਗਾੜ ਤਾਂ ਨਹੀਂ ਆ, ਵਲੈਤੀ ਜਗਾੜ ਆ, ਚੋਬਿਆਂ ਵਾਲੀ ਮਸ਼ੀਨ ਆ ਭਾਈ। ਅੱਛਾ, ਨਰਮਾ ਨਹੀਂ ਹੋਇਆ? ਅੱਛਾ, ਕਿਤੇ ਕਿਤੇ ਹੋਇਆ ਵੇਖ ਲਾ ਕਿਤੇ। ਮੈਂ ਦਿਖਾਇਆ ਇੱਧਰ ਨਹੀਂ ਹੋਇਆ ਯਾਰ, ਉੱਧਰ ਵਾਲੀਆਂ ਤੇਰੀਆਂ ਖੇੜਾਂ ਤੇ ਠੀਕ ਆ, ਇੱਧਰ ਨਹੀਂ ਹੈਗਾ ਨਰਮਾ ਜਿਹੜਾ ਨਾ। ਦੇਖੋ ਤੁਸੀਂ ਇੱਧਰ ਕਪਾਹ ਲਾਈ ਇਹਨੇ, ਇੱਧਰ ਪਤਾ ਨਹੀਂ ਕੀ ਵਜ੍ਹਾ ਬਣੀ, ਹਾਲਾਂਕਿ 20-20 ਇੱਕ ਹੀ ਨਾਲ ਲਾਉਂਦੇ ਸੀਗੇ। ਅੱਛਾ, ਦੋ ਦਿਨ ਹੋ ਗਏ ਆ ਮੈਂ ਨਾਲ ਤਬਾਹੀ ਹੋ ਗਈ ਹੱਦ ਨਾਲ ਲਾ ਲਾ ਕੇ। ਅੱਛਾ, ਆ ਤੇ ਭੁੱਲੇ ਹੀ ਰਹੇ ਬੰਦਿਆ ਖੁਦਾ ਦੇ। ਇੱਕ ਮਿੰਟ ਜ਼ਰਾ ਦਿਖਾਓ ਨਾ ਇਹ ਕੰਮ ਕਿਵੇਂ ਹੁੰਦਾ ਆ। ਇੱਧਰ ਕੋਲ ਇਹ ਇੱਥੇ 20 ਪੈਣਾ, ਇਹਦੇ ਵਿੱਚ 20 ਪੈਣਾ ਵਾ। ਅੱਛਾ, ਕਿੰਨਾ 20? ਉਹ 20 ਨਜ਼ਰ ਆ ਰਿਹਾ, ਠੀਕ ਆ, ਕਿਲੋ ਸਾਰਾ 20 ਆ ਵਿੱਚ ਇਹਦੇ। ਅੱਛਾ, ਕਿਲੋ ਸਾਰਾ 20 ਪਾਇਆ, ਤੇ ਇਹ ਜਿਹੜੀ ਆ ਨੋਜ਼ਲ ਜੀ ਇਹ ਥੱਲੇ ਜਾਏਗੀ? ਇਹ ਨੋਜ਼ਲ ਭਾਈ ਵੇ ਥੱਲੇ ਜਾਏਗੀ, ਵਿੱਚੋਂ ਵੱਜੇਗਾ 20 ਤੇ ਵਿੱਚ ਖੁੱਭ ਜਾਏਗਾ। ਆ ਵੇਖ, ਇਹ ਜ਼ਰਾ ਲਾ ਕੇ ਵਿਖਾਓ ਇਹ ਇੱਥੇ ਵੇਖੋ ਨਾ, ਤੇ ਇਦਾਂ ਜਾਏਗਾ 20 ਵਿੱਚ, ਤੇ ਜਦੋਂ ਬਾਹਰ ਕੱਢਾਂਗੇ ਨਾਲ ਲੱਗ ਜਾਏਗਾ 20 ਵਿੱਚ। ਉਹ ਵੇ ਵਿੱਚ 20 ਪਿਆ, ਯਾਰ ਬੜੀ ਸਪੀਡ ਨਾ ਤੂੰ ਲਾਈ, ਉਹਨਾਂ ਹੱਥ ਨਾ ਦੇ ਨੀ, ਦੇਰ ਨੂੰ ਦੋ ਲੱਗ ਗਏ ਮਿਲਣ, ਨਹੀਂ ਹੱਥ ਨਾ ਦੇ ਨੀ, ਤੇਰ ਨੂੰ ਸਿਰਫ ਦੋ ਹੀ ਲੱਗਣਗੇ। ਲਓ ਬਾਈ ਜੀ, ਕਹਿੰਦੇ ਦੇਖ ਲਓ ਦੁਨੀਆ ਹੁਣ ਫਾਸਟ ਹੋ ਗਈ ਆ, ਤੇ ਜ਼ਿਮੀਦਾਰ ਵੀ ਥੋੜੇ ਥੋੜੇ ਫਾਸਟ ਹੋ ਗਏ ਆ। ਫਾਸਟ ਭਾਈ ਥੋੜੇ ਹੋ ਗਏ ਆ, ਮੈਂ ਨਾ ਸੂਤਾ ਗੱਡੀ ਜਾਂਦੀ ਪਈ ਆਵਾਮ ਵਾਸਤੇ ਵੀ, ਹੱਲੇ ਵੀ ਜ਼ਿਮੀਦਾਰ ਜੇ ਰਾਜੀ ਨਹੀਂ ਫਿਰ ਸਰ ਗਿਆ ਵੀ। ਯਾਰ ਨਹੀਂ ਇਹ ਕੰਮ ਠੀਕ ਹੈ ਯਾਰ, ਇਹ ਤਾਂ ਬੜਾ ਤੂੰ ਵੀਆਈਪੀ ਕੰਮ ਦਿਖਾਤਾ। ਮੈਂ ਨਾ ਚੱਸ ਕਰਾਤੀ ਚੋਬੇ ਵਾਲੀ ਮਸ਼ੀਨ ਬਾਬਾ ਜੀ, ਮੈਂ ਤੇ ਇਕੱਲੇ ਨੇ ਫਸ ਜਾਣਾ ਸੀ ਚੋਬੇ ਹੱਥ ਨਾਲ ਖਾ ਲਾ ਕੇ। ਆਹ ਦੂਰੇ ਦਿਖਾਈ ਨਾ, ਇਹ ਆਹ ਨੰਬਰ ਵੀ ਲਿਖਿਆ ਭਾਈ ਹੁਣਾਂ ਦਾ ਜਿੱਥੋਂ ਆਈ ਆ ਮਸ਼ੀਨ, ਇੱਧਰਲੇ ਪਾਸੇ ਦਿਖਾਈ ਨਾ।
ਜੇ ਕੋਈ ਵੀਰ ਭਰਾ ਇੰਟਰਸਟਿਡ ਹੋਵੇ ਆ ਮਸ਼ੀਨ ਮੰਗਾਉਣ ਦੇ ਵਿੱਚ, ਜ਼ਿਮੀਦਾਰ ਕੋਈ ਆਹ ਨੰਬਰ ਲਿਖਿਆ ਬਾਈ ਹੁਣਾਂ ਦਾ ਜਿਹੜਾ ਨਾ, ਇਹਨਾਂ ਕੋਲ ਤੁਸੀਂ ਮੰਗਵਾ ਸਕਦੇ ਹੋ ਔਨਲਾਈਨ, ਨੈੱਟ ਤੋਂ ਮੰਗਵਾਓ, ਔਨਲਾਈਨ ਮੰਗਵਾਓ, ਤੁਹਾਡੇ ਘਰ ਆ ਜਾਏਗੀ। ਇਹ ਕਿੰਨਾ ਹੁਣ ਤੂੰ ਲਾ ਲਿਆ ਇੱਥੇ? ਅੱਧਾ ਕਿਲੋ ਵੀ ਲਾ ਲਿਆ ਹੈ, ਹੱਥ ਨਾਲ ਹੀ ਕੰਮ। ਅੱਛਾ ਇਹ ਤੂੰ ਲਾ ਰਿਹਾ, ਹੁਣ ਮੈਨੂੰ ਇਹ ਦੱਸ ਵੇਖਣ ਵਾਲੇ ਆਪਣੇ ਦੋਸਤਾਂ ਭਰਾਵਾਂ ਨੂੰ, ਜ਼ੋਰ ਕਿੰਨਾ ਕੁ ਲੱਗਦਾ ਇੱਥੇ? ਬਿਲਕੁਲ ਕੋਈ ਜ਼ੋਰ ਨਹੀਂ ਆ, ਮਤਲਬ ਇਹ ਬਿਲਕੁਲ ਸੌਖਾ ਹੀ ਆ ਕੰਮ। ਮਿੱਟੀ ਵੀ ਆਪ ਹੀ ਪਾਉਣ ਦੀ ਚੋਬਿਆਂ ਦੇ ਉੱਤੇ ਆ ਨਾ। ਅੱਛਾ ਵਾਪਸ ਮਿੱਟੀ ਵੀ ਆਪ ਹੀ ਦਿਖਾਈ ਆ ਹੈ ਨਾ? ਕਿੰਨਾ ਸੌਖਾ ਕੰਮ ਹੋ ਗਿਆ। ਆ ਸਾਡੇ ਜੱਟ ਸਾਹਿਬ ਲੱਗੇ ਖੜੇ ਨੇ, ਮੈਂ ਕਿਹਾ ਅੱਜ ਉੱਥੇ ਇਹ ਕਰ ਰਹੇ ਨੇ ਚੋਬੇ ਛੋਬੇ ਲਾ ਰਹੇ ਨੇ, ਇਹਨਾਂ ਨੂੰ ਜਾ ਕੇ ਦਿਖਾਈ ਅਸੀਂ, ਹੱਥ ਨਾਲ ਅੱਗੇ ਲੱਗਦੇ ਸੀ, ਹੁਣ ਇਹ ਤੇ ਲਾ ਰਿਹਾ ਇਹ ਮਸ਼ੀਨ ਨੂੰ। ਭਾਜੀ ਵੀਡੀਓ ਚੰਗੀ ਲੱਗੇ ਤੇ ਲਾਈਕ ਸ਼ੇਅਰ ਸਬਸਕ੍ਰਾਈਬ ਲਾਜ਼ਮੀ ਕਰਨਾ, ਜੇ ਛੋਟੀ ਜਿਹੀ ਵੀਡੀਓ ਤੁਹਾਡੇ ਵਾਸਤੇ ਇਨਫੋਰਮੇਟਿਵ ਵੀਡੀਓ। ਦੋਸਤਾਂ ਨੂੰ ਇਦਾਂ ਮਿਲਣ ਵਾਲ ਨੂੰ ਕਰੀ ਨਾ ਕੈਮਰਾ, ਦੋਸਤ ਬਹੁਤ ਢਿੱਲੇ ਪੈ ਗਏ ਯਾਰ ਬੰਦੇ ਹੋ, ਖੁਦਾ ਦੇ ਹੋ ਵੇ, ਕੋਈ ਵਿਊ ਨਹੀਂ, ਕੋਈ ਲੈਣਾ ਨਹੀਂ, ਕੋਈ ਦੇਣਾ ਨਹੀਂ, ਉਹਨਾਂ ਕਿਹਾ ਹੁਣ ਕੋਈ ਕਮੈਂਟਸ ਵੀ ਨਹੀਂ। ਕਮੈਂਟ ਕਰੋ, ਪਿਆਰ ਦਿਖਾਓ, ਲਾਈਕ ਕਰੋ ਬੰਦੇ ਹੋ, ਖੁਦਾ ਦੇ ਤੁਸੀਂ ਵੀਡੀਓ ਸਾਡੀ ਲੱਗਦਾ ਵੇਖਦੇ ਨਹੀਂ, ਸਾਡੇ ਨਾਲ ਮੁਹੱਬਤ ਪਿਆਰ ਨਹੀਂ ਕਰਦੇ, ਕਰੋ ਯਾਰ ਪਿਆਰ ਮੁਹੱਬਤ, ਬੜੀ ਮਿਹਨਤ ਕਰ ਰਿਹਾ ਬੰਦਾ, ਚੈੱਕ ਤੇ ਕਰੋ ਆਪਣੇ ਵਾਸਤੇ ਤੇ ਤੁਹਾਡੇ ਵਾਸਤੇ ਵੀ। ਵੀਡੀਓ ਨੂੰ ਯਾਰ ਲਾਈਕ ਸ਼ੇਅਰ ਕਰੋ, ਕਮੈਂਟ ਕਰੋ ਲਾਜ਼ਮੀ, ਤੁਹਾਡਾ ਕਮੈਂਟ ਜਿਹੜਾ ਨਾ ਸਾਡੀ ਹੌਸਲਾ ਫਜ਼ਾਈ ਆ, ਹੌਸਲਾ ਫਜ਼ਾਈ ਆ। ਇੱਥੋਂ ਅਸੀਂ ਨਰਮਾ ਬੀਜਾਂਗੇ, ਚੁੱਕਾਂਗੇ ਤੁਹਾਡੇ ਵਾਸਤੇ ਜਰਸੀਆਂ, ਕੋਟੀਆਂ, ਆਏ ਚਾਦਰਾਂ ਹੈ, ਗਰਮ ਚਾਦਰਾਂ ਬਣਨਗੀਆਂ, ਨਵੇਂ ਨਵੇਂ ਸੂਟ ਬਣਨਗੇ, ਨਵੇਂ ਨਵੇਂ ਮੈਂ ਨਾ ਕੁੜਤੇ ਪਜਾਮੇ ਰੰਗਦਾਰ ਡਿਜ਼ਾਈਨਦਾਰ ਜੈਕਟਾਂ ਜਰਸੀਆਂ, ਇੱਥੋਂ ਸਾਨੂੰ ਹੌਸਲਾ ਫਜ਼ਾਈ ਮਿਲੇਗੀ ਤੇ ਅਸੀਂ ਆ ਗਣਾ ਗਲਾ ਪ੍ਰੋਗਰਾਮ ਤਾਂ ਸਾਡਾ ਵੜ ਗਿਆ ਹੁਣ, ਵੜ ਗਿਆ ਭਾਈ, ਵੜ ਗਿਆ। ਤੇ ਹੁਣ ਲਾਜ਼ਮੀ ਜਿਹੜਾ ਨਾ ਤੁਸੀਂ ਕਮੈਂਟ ਕਰਕੇ ਵੀਡੀਓ ਕੈਸੀ ਲੱਗੀ ਲਾਜ਼ਮੀ ਦੱਸਣਾ, ਕੋਈ ਸੁਜੈਸ਼ਨ ਹੋਵੇ ਤੁਹਾਡੀ ਉਹ ਵੀ ਲਾਜ਼ਮੀ ਦਿਆ ਕਰੋ, ਤੇ ਬਹੁਤ ਮਿਹਰਬਾਨੀ, ਸ਼ੁਕਰੀਆ, ਮਿਲਦੇ ਹਾਂ ਇੱਕ ਨਵੀਂ ਵੀਡੀਓ ਦੇ ਨਾਲ, ਓਕੇ ਜੀ, ਅੱਲਾ ਹਾਫਿਜ਼।